ਪੰਜ ਗਾਣੇ ਨੇ ਜਿਹਦੇ ਵਿੱਚ ਬੜੇ ਖੂਬਸੂਰਤ ਔਰ ਸਿਚੁਏਸ਼ਨ ਤੇ ਗਾਣਾ ਆਉਂਦਾ ਹੈ, ਨਹੀਂ ਹੈਗਾ ਵੀ ਅਬਰਪਟਲੀ ਆਪਾਂ ਕਿਤੇ ਧੱਕੇ ਨਾਲ ਫਿਟ ਇਨ ਕੀਤਾ ਹੋਇਆ ਹੈ ਨਾ। ਸਾਡੀ ਮੂਵੀ ਆ ਰਹੀ ਹੈ 13th of July ਨੂੰ, ਵਧਾਈਆਂ ਜੀ, ਵਧਾਈਆਂ। ਉਹਦੀ ਪ੍ਰਮੋਸ਼ਨ ਅਸੀਂ ਸਟਾਰਟ ਕਰੀ ਹੈ ਅੱਜ ਤੋਂ ਜੀ, ਅਤੇ ਅੱਜ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਇਜਾਜ਼ਤ ਲਈ ਹੈ, ਗੁਰੂ ਮਹਾਰਾਜ ਸਾਹਿਬ ਤੋਂ ਆਸ਼ੀਰਵਾਦ ਲਿਆ ਜੀ। ਅਸੀਂ ਆਪਣੀ ਕੰਪੇਨ ਸ਼ੁਰੂ ਕੀਤੀ ਹੈ, ਪ੍ਰਮੋਸ਼ਨਲ ਟੂਰ ਆਪਣਾ ਸ਼ੁਰੂ ਕੀਤਾ ਜੀ ਅੰਮ੍ਰਿਤਸਰ ਤੋਂ, ਗੁਰੂ ਦੀ ਨਗਰੀ ਤੋਂ। ਤੋ ਆਪ ਸਭ ਦੀਆਂ ਗੁੱਡ ਵਿਸ਼ਿਜ਼ ਦੀ ਜ਼ਰੂਰਤ ਹੈ ਜੀ, ਸਾਰੇ ਜਣੇ ਆਪਦਾ ਸਹਿਯੋਗ, ਪਿਆਰ ਪੰਜਾਬੀ ਇੰਡਸਟਰੀ ਨਾਲ, ਮੇਰੇ ਨਾਲ ਜੇ ਸਾਨੂੰ ਪਿਆਰ ਕਰਦੇ ਹੋ, ਸਾਡੀ ਕਲਾ ਨੂੰ ਪਿਆਰ ਕਰਦੇ ਹੋ, ਤਾਂ 13 ਤਰੀਕ ਨੂੰ ਸਾਡੀ ਮੂਵੀ ਆਉਣੀ ਹੈ ਜੀ, ਵਧਾਈਆਂ ਜੀ, ਵਧਾਈਆਂ। ਬਹੁਤ ਸੋਹਣੀ ਮੂਵੀ ਬਣਾਈ ਹੈ ਜੀ, ਫੁੱਲ ਔਨ ਕਮੇਡੀ ਮੂਵੀ ਹੈ ਜੀ। ਤੁਸੀਂ ਕਹਿ ਰਹੇ ਹੋ ਜਿਹੜਾ 2 ਦੇ ਵਿੱਚ ਲਿਟ ਲਿਟ ਕੇ ਹੱਸੇ ਹੋ, ਇਹਦੇ ਵਿੱਚ ਛਾਲਾ ਮਾਰ ਮਾਰ ਕੇ ਹੱਸੋਗੇ, ਸਾਰੇ ਪਰਿਵਾਰ ਦੇ ਨਾਲ ਜਾਓ। ਫੁੱਲ ਔਨ ਕਮੇਡੀ ਮੂਵੀ ਹੈ ਜੀ, ਸਟ੍ਰੈਸ ਬਸਟਰ ਮੂਵੀ ਹੈ। ਅੱਜ ਦੀ ਲਾਈਫ ਦੇ ਵਿੱਚ ਸਟ੍ਰੈਸ ਬਹੁਤ ਹੈ, ਸਟ੍ਰੈਸ ਤੋਂ ਨਿਜਾਤ ਪਾਉਣ ਲਈ ਜੇ ਤੁਸੀਂ ਰੀਫਰੈਸ਼ ਮਾਰਨਾ ਚਾਹੁੰਦੇ ਹੋ ਆਪਦੇ ਆਪ 'ਚ, ਜਿਵੇਂ ਕੰਪਿਊਟਰ 'ਤੇ ਰੀਫਰੈਸ਼ ਵੱਜਦਾ ਹੁੰਦਾ, ਤਾਂ ਜਾ ਕੇ ਇਹ ਮੂਵੀ ਦੇਖੋ ਜੀ। ਵਧਾਈਆਂ ਜੀ, ਵਧਾਈਆਂ। 13th of July, ਥੈਂਕ ਯੂ ਸੋ ਮਚ। ਗਾਣਾ ਵੀ ਆ ਰਹੀ ਹੈ ਪਗਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹੈ ਕਵਿਤਾ ਕੌਸ਼ਿਕ ਔਰ ਮੇਰੀ ਫਿਲਮ ਆ ਰਹੀ ਹੈ ਵਧਾਈਆਂ ਜੀ ਵਧਾਈਆਂ, 13 ਜੁਲਾਈ ਕੋ। ਫੈਮਿਲੀ ਫਿਲਮ ਹੈ, ਸਾਫ਼ ਸੁਥਰੀ ਫਿਲਮ ਹੈ, ਮਸਤੀ ਔਰ ਧਮਾਲ ਕੀ ਪਿਕਚਰ ਹੈ, ਆਪ ਲੋਕੋ ਬਹੁਤ ਮਜ਼ਾ ਆਏਗਾ। ਤੋ ਆਪਣੇ ਪਰਿਵਾਰ ਕੋ ਲੈ ਕੇ, ਦੋਸਤੋਂ ਕੋ ਲੈ ਕੇ, ਪੌਪਕੋਰਨ ਵੌਪਕੋਰਨ ਲੈ ਕੇ ਜਾਈਏ, ਥੀਏਟਰਸ ਮੇ ਖੂਬ ਸ਼ੋਰ ਮਚਾਈਏ, ਸੀਟੀਆਂ ਲੈ ਕੇ ਜਾਈਏ, ਫੁੱਲ 3 ਘੰਟੇ ਆਪ ਲੋਕੋ ਕੋ ਡਾਂਸ ਕਰਨੇ ਕੋ ਮਿਲੇਗਾ, ਖੂਬ ਹੱਸੋਗੇ ਔਰ ਲਾਸਟ ਮੇ ਇੱਕ ਬੜੀ ਅੱਛੀ ਇਮੋਸ਼ਨਲ ਫੈਮਿਲੀ ਫੀਲ ਵੀ ਆਏਗੀ। ਤੋ ਪਲੀਜ਼ ਗੋ ਐਂਡ ਵਾਚ ਵਧਾਈਆਂ ਜੀ ਵਧਾਈਆਂ। ਔਰ ਨਨਕਾਣਾ 6 ਜੁਲਾਈ ਕੋ ਰਿਲੀਜ਼ ਹੋ ਚੁੱਕੀ ਹੈ, ਤੋ ਪਲੀਜ਼ ਉਹ ਵੀ ਦੇਖੀਏ, ਮਾਨ ਸਾਹਿਬ ਹੈ ਉਸਮੇ ਔਰ ਮੈਂ ਵੀ ਹੂੰ। ਬਹੁਤ ਅੱਛੀ ਕਹਾਣੀ ਹੈ, ਬਹੁਤ ਹੀ ਮਿੱਠੀ ਕਹਾਣੀ ਹੈ ਔਰ ਅੱਜ ਕੇ ਯੁੱਗ ਮੇ ਇਹ ਕਹਾਣੀ ਸਭ ਕੋ ਦੇਖਣੀ ਬਹੁਤ ਜ਼ਰੂਰੀ ਹੈ। ਜੋ ਟੈਨਸ਼ਨ ਕਾ ਮਾਹੌਲ ਹਮਾਰੇ ਦੇਸ਼ ਮੇ ਹੈ, ਜੋ ਆਪਸ ਮੇ ਇੱਕ ਭਿੜੰਤ ਕਾ ਮਾਹੌਲ ਹੈ, ਇੱਕ ਦੂਸਰੇ ਕੇ ਪ੍ਰਤੀ ਹਮਾਰਾ ਪੇਸ਼ੈਂਸ ਖਤਮ ਹੋਤਾ ਜਾ ਰਹਾ ਹੈ, ਪਿਆਰ ਖਤਮ ਹੋਤਾ ਜਾ ਰਹਾ ਹੈ, ਐਸੇ ਦੌਰ ਮੇ ਥੋੜ੍ਹਾ ਸਾ ਜ਼ਰੂਰੀ ਹੋਤਾ ਹੈ ਕਿ ਹਮ ਜ਼ਿੰਮੇਵਾਰ ਸਿਨੇਮਾ ਵੀ ਦੇਖੇ, ਐਸਾ ਸਿਨੇਮਾ ਦੇਖੇ ਜੋ ਹਮਾਰੇ ਬੱਚੇ ਦੇਖ ਕੇ ਕੁਛ ਸੀਖੇ, ਹੈ ਨਾ, ਆਗੇ ਵਾਲੀ ਜਨਰੇਸ਼ਨ ਇਹ ਯਾਦ ਕਰੇ ਕਿ ਹਾਂ ਹਮਾਰੇ ਦੇਸ਼ ਮੇ ਕਿਆ ਹੁਆ ਹੈ, ਹਮੇ ਆਜ਼ਾਦੀ ਕੈਸੇ ਮਿਲੀ, ਆਜ਼ਾਦੀ ਕੇ ਵਕਤ ਦੇਸ਼ ਕੈਸੇ ਟੂਟ ਰਹਾ ਥਾ, ਆਪਸ ਮੇ ਭਾਈ ਭਾਈ ਕੈਸੇ ਲੜ ਰਹੇ ਥੇ, ਔਰ ਉਸਕੇ ਬਾਅਦ ਹਮ ਕੈਸੇ ਉਭਰੇ ਹੈ ਉਸ ਚੀਜ਼ ਸੇ, ਔਰ ਮਿਹਨਤ ਕਰਕੇ ਹਮਾਰੇ ਫਾਦਰ ਫੋਰ ਫਾਦਰਸ ਕੀ ਵਜ੍ਹਾ ਸੇ ਆਜ ਹਮ ਇੱਕ ਖੁਸ਼ਹਾਲ ਆਜ਼ਾਦ ਦੇਸ਼ ਮੇ ਹੈ, ਤੋ ਉਸਕੋ ਵੈਲਿਊ ਕਰੇ, ਹੈ ਨਾ, ਇਹ ਹਮਾਰੀ ਧਰੋਹਰ ਹੈ, ਹਮਾਰੀ ਸੰਸਕ੍ਰਿਤੀ ਹੈ, ਹਮਾਰੀ ਹਿਸਟਰੀ ਹੈ, ਹਮਾਰਾ ਟਰੂਥ ਹੈ। ਤੋ ਪਲੀਜ਼ ਜ਼ਰੂਰ ਦੇਖਣੇ ਆਈਏ ਨਨਕਾਣਾ 6 ਜੁਲਾਈ।